ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜਿਵੇਂ ਕਹਿੰਦੇ ਹਾਂ ਸਭੀ ਅੱਜ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ 29 ਮਾਰਚ 1856 ਦੇ ਦਿਨ 174 ਸਾਲ ਪਹਿਲਾਂ ਸਿੱਖਾਂ ਦਾ ਰਾਜ ਭਾਗ ਅੰਗਰੇਜ਼ਾਂ ਦੇ ਪੇਟੇ ਪਿਆ ਸੀ ਸੋ ਲਾਹੌਰ ਦੇ ਸ਼ਾਈ ਕਿਲੇ ਤੇ ਕੇਸਰੀ ਚੰਡਾ ਲਾ ਕੇ ਉਸ ਦੀ ਤਾਂ ਅੰਗਰੇਜ਼ਾਂ ਦਾ ਯੂਨੀਅਨ ਜੈਕ ਚੁਲਾਇਆ ਗਿਆ ਸੀ ਸੋ 1947 ਵਿੱਚ ਅੰਗਰੇਜ਼ਾਂ ਦੀ ਗੁਲਾਮੀ ਚੋਂ ਨਿਕਲ ਕੇ ਅਸੀਂ ਬ੍ਰਾਹਮਣਵਾਦੀਆਂ ਦੀ ਜਿਹੜੀ ਗੁਲਾਮੀ ਵਿੱਚ ਫਸ ਗਏ ਸੋ ਹੁਣ ਵਿਊਅਰਸ ਵਕਤ ਹੈ ਕਿ ਸਿੱਖ ਕੌਮ ਆਪ ਹਮਲਾ ਮਾਰ ਕੇ ਦਰਿਆ ਜਮਨਾ ਤੋਂ ਵਾਗਾ ਤੱਕ ਆਪਣੇ ਸਿੱਖ ਹਮਲਿਆਂ ਨੂੰ ਹਿੰਦੂ ਤਵੀਆਂ ਦੇ ਕਬਜ਼ੇ ਤੋਂ ਜੜਾਇਓ ਆਜ਼ਾਦ ਕਰਾਇ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਆ ਸੋ ਅਸੀਂ ਚਾਹਾਂਗੇ ਕਿ ਦੂਸਤਾਂ ਇਸੇ ਤਰ੍ਹਾਂ ਹੀ ਬੜੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਬਤ ਆਪੋ ਆਪੋ ਸ਼ੁਕਰੀਆ ਜੀ ਡਾਟ ਸਰਬ ਕੀ ਕਹਿਣਾ ਚਾਹੋਗੇ ਅ ਦੇਖੋ ਜਦੋਂ ਪਾਈ ਅਮਰਿਤਪਾਲ ਸਿੰਘ ਹੋਰਾਂ ਦੇ ਐਸਕੇਪ ਨੂੰ ਲੈ ਕੇ ਥਾਂ ਥਾਈ ਜਿਹੜੇ ਉਹਨਾਂ ਦੇ ਹਮਾਇਤੀ ਜਾਂ ਸਿੱਖ ਰਾਜ ਦੇ ਹਮਾਇਤੀ ਉਹਨਾਂ ਦੀ ਫੜੋ ਫੜੀ ਦਾ سلسلہ ਚੱਲ ਰਿਹਾ ਸੀ ਤਾਂ ਖੰਨੇ ਦੀ ਲੈਡੀ ਐਸਪੀ ਔਰ ਪੂਰੀ ਜਿਹੜੀ ਆ ਉਹਨਾਂ ਦੀ ਪੁਲਿਸ ਫੋਰਸ ਵੱਡੇ ਵੱਡੇ ਜਿਹੜੇ ਨੇ ਉਹ ਪਗੜ ਬੰਨ ਕੇ ਨਾਲ ਬਿਠਾਏ ਹੋਏ ਹੁੰਦੇ ਨੇ ਉਸ ਕਰਨ ਲਈ ਤੇ ਉਹ ਜਦੋਂ মিডিਆ ਨੂੰ ਬਰੀਫ ਕਰ ਰਹੀ ਸੀ ਕਿ ਵੀ ਦੇਖੋ ਕਿੰਨਾ ਖਤਰਨਾਕ ਇਹ ਜਿਹੜਾ ਫੜਿਆ ਗਿਆ ਉਹਦੇ ਕੋਲੋਂ ਖਾਲਸਤਾਨ ਦੇ ਝੰਡੇ ਮਿਲੇ ਔਰ ਉਹਦੇ ਚ ਉਹ ਜਦੋਂ ਝੰਡਿਆਂ ਦੀ ਗੱਲ ਕਰ ਰਿਹਾ ਵੀ ਉਹਨਾਂ ਦੇ ਫੋਨ ਦੇ ਵੀ ਝੰਡੇ ਸੀ ਤੇ ਸਭ ਤੋਂ ਪਹਿਲਾਂ ਸਰਕਾਰੇ ਖਾਲਸਾ ਦਾ ਜਿਹੜਾ ਸਰਕਾਰੀ ਅਫੀਸ਼ੀਅਲ ਝੰਡਾ ਜਿਹਦੇ ਉੱਤੇ ਪਰਸ਼ੀਨ ਚ ਲਿਖਿਆ ਹੋਇਆ ਹੂੰ ਔਰ ਲਿਖਿਆ ਹੋਇਆ ਉੱਤੇ ਅਕਾਲ ਸਹਾਏ ਦਰਸ਼ਕ ਦੇਖ ਸਕਦੇ ਨੇ ਸਕਰੀਨ ਤੇ ਅਕਾਲ ਸਹਾਏ ਔਰ ਥੱਲੇ ਲਿਖਿਆ ਹੋਇਆ ਸਰਕਾਰੇ ਖਾਲਸਾ ਔਰ ਇਹ ਕੋਈ ਨਾ ਤਕੋਨਾ ਝੰਡਾ ਹੈ ਨਾ ਹੀ ਰੈਕਟੈਂਗੂਲਰ ਹੈ ਇਹ ਪਹਿਲਾਂ ਰੈਕਟੈਂਗੂਲਰ ਬਣ ਕੇ ਫਿਰ ਤਕੋਨਾ ਬਣਦਾ ਹੈ ਦਰਸ਼ਕ ਦੇਖ ਸਕਦੇ ਨੇ ਇਹ ਅਫੀਸ਼ੀਅਲ ਜਿਹੜਾ ਝੰਡਾ ਸੀ ਜਿਸ ਦੇ ਉੱਤੇ ਅਕਾਲ ਸਹਾਏ ਔਰ ਇਸ ਗੱਲ ਦਾ ਧਿਆਨ ਰਹੇ ਕਿ ਜਿਹੜੀ ਅਕਾਲ ਤਖਤ ਸਾਹਿਬ ਦੀ ਸਟੈਂਪ ਦੇ ਥੱਲੇ ਜਿਹੜਾ ਹੁਕਮਨਾਮਾ ਜਾਰੀ ਹੁੰਦਾ ਸੀ ਜਾਂ ਜਿਹੜੀ ਸਰਕਾਰੀ ਸਟੈਂਪ ਰਹੀ ਹੈ ਅੱਜ ਤਾਂ ਹੁਣ ਪਤਾ ਨਹੀਂ ਉਹਨਾਂ ਕੀ ਹੈ ਲੇਕਿਨ ਉਸ ਦੇ ਉੱਤੇ ਵੀ ਲਫ਼ਜ਼ ਅਕਾਲ ਸਹਾਏ ਹੁੰਦੇ ਸੀ ਸੋ ਅਕਾਲ ਸਹਾਏ ਔਰ ਬਿਸ਼ਾਕ ਨੂੰ ਡਾਇਨੈਸਟੀ ਮਾਰਜਾ ਰਣਜੀਤ ਸਿੰਘ ਜਾਂ ਬਾਅਦ ਚ ਉਹਨਾਂ ਦੇ ਟੱਬਰ ਨੇ ਦੇ ਕੋਲ ਰਹਿ ਲੇਕਿਨ ਇਹ ਸਰਕਾਰੇ ਖਾਲਸਾ ਸੀ ਖਾਲਸੇ ਦੀ ਸਰਕਾਰ ਔਰ ਅਕਾਲ ਸਹਾਏ ਕਿਉਂਕਿ ਅਕਾਲ ਤਖਤ ਤੋਂ ਕਿ ਭਾਈ ਅਕਾਲ ਕਾਲ ਪ੍ਰੱਖ ਵਾਇਗੁਰੂ ਦੇ ਲਈ ਹੈ ਅੱਛਾ ਹੁਣ ਉਹ ਜਦੋਂ ਕਰ ਰਹੀ ਹੈ ਫਿਰ ਬੇਸ਼ੱਕ ਇਹ ਨਿੱਕੀਆਂ ਨਿੱਕੀਆਂ ਸੱਤ ਰਿਆਸਤਾਂ ਸਤਲੁਜ ਪਾਰਦੀਆਂ ਭਾਵੇਂ ਇਹਨਾਂ ਨੇ ਗਦਾਰੀ ਕੀਤੀ ਸikh ਰਾਜ ਦੀ ਥਾਂ ਤੇ ਅੰਗਰੇਜ਼ਾਂ ਦੀ ਸ਼ੈਲਟਰ ਥੱਲੇ ਗਏ ਪਰ ਇਹਨਾਂ ਦੇ ਵੀ ਆਪਣੇ ਝੰਡੇ ਸੀ ਸੋ ਉਹ ਜਦੋਂ ਦਿਖਾ ਰਹੀ ਹੈ ਤਾਂ ਉਹਦੇ ਵਿੱਚ ਰਿਆਸਤ ਪਟਿਆਲਾ ਦਾ ਝੰਡਾ ਨਾਭਾ ਦਾ ਝੰਡਾ ਜੀਂਦ ਦਾ ਝੰਡਾ ਫਰੀਦਕੋਟ ਦਾ ਝੰਡਾ ਔਰ ਇਹ ਸਾਰੇ ਦੇ ਨਾਲ-ਨਾਲ ਜਿਹੜਾ ਉਹ ਦਿਖਾ ਰਹੀ ਸੀ ਦੇਖੋ ਇਹ ਆਪਣੇ ਝੰਡਾ ਬਣਾਉਣ ਜਾ ਰਹੇ ਸੀ ਆ ਦੇਖੋ ਕਿੰਨੇ ਖਾਲਸਾਪਨ ਦੇ ਝੰਡੇ ਇਹ ਹੋਣ ਹਮ ਔਰ ਜਦੋਂ ਅਸੀਂ ਇਤਿਹਾਸ ਦੀ ਗੱਲ ਕਰਦੇ ਆ ਅੱਜ 29 ਮਾਰਚ ਦਾ ਦਿਨ ਉਹ ਦਿਨ ਹੈ ਕਿ ਜਦੋਂ ਠੀਕ 174 ਸਾਲ ਪਹਿਲਾਂ ਅੱਜ ਦੇ ਦਿਨ ਜਿਹੜਾ ਝੰਡਾ ਸਾਡੇ ਦਰਸ਼ਕ ਦੇਖ ਰਹੇ ਨੇ ਸਰਕਾਰੇ ਖਾਲਸਾ ਦਾ ਅੱਛਾ ਇਹ ਝੰਡਾ ਲਾਹੌਰ ਦੇ ਸ਼ਾਹੀ ਕਿਲੇ ਤੋਂ ਉਤਾਰਿਆ ਗਿਆ ਔਰ ਇਸ ਦੀ ਥਾਂ ਯੂਨੀਅਨ ਜੈਕ ਲਹਿਰਾਇਆ ਗਿਆ ਤੋਪਾਂ ਦੀ ਸਲਾਮੀ ਬੈਂਡ ਬਾਜੇ ਦੂਜੇ ਹਾਂ ਔਰ ਮਹਾਰਾਜਾ ਦਲੀਪ ਸਿੰਘ ਲਗਭਗ 1.5 ਸਾਲ ਦੀ ਉਮਰ ਉਹਨੂੰ ਜਲਾਵਤਨ ਕਰਨ ਤੋਂ ਪਹਿਲਾਂ ਇੱਕ ਵੱਡਾ ਦਰਬਾਰ ਜਿਹੜਾ ਹੈ ਉਸ ਸ਼ਹੀ ਕਿਲੇ ਦੇ ਵਿੱਚ ਅੰਗਰੇਜ਼ਾਂ ਵੱਲੋਂ ਕੀਤਾ ਗਿਆ ਜਿਹਦੇ ਵਿੱਚ ਜਿਹੜੇ ਵੀ ਉਹਨਾਂ ਦੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਜਿਹੜੇ ਲਾਇਲ ਦਰਬਾਰੀ ਸੀ ਉਹਨਾਂ ਦੇ ਉਹਨਾਂ ਦਾ ਵੀ ਇੱਕ ਹਿੱਸਾ ਅੰਗਰੇਜ਼ਾਂ ਦੇ ਨਾਲ ਆਖਿਰਣ ਗਿਆ ਸੀ ਬਹੁਤ ਥੋੜੇ ਸ਼ਾਮ ਸਿੰਘ ਟਾਰੀ ਵਾਲਾ ਜੂਝਿਆ ਜਾਸਰ ਹਰੀਸ ਸਿੰਘ ਅਲਵਾਦੀ ਫੈਮਿਲੀ ਉਹਨਾਂ ਦਾ ਪੁੱਤਰ ਔਰ ਕੁਝ ਹੋਰ ਹੋਣਗੇ ਮੈਜੋਰਟੀ ਨੇ ਤਾਂ ਉਹਨਾਂ ਨੂੰ ਅੰਗਰੇਜ਼ਾਂ ਨੇ ਅੰਦਰਵਾੜ ਕੇ ਇੰਨਾ ਹੀ ਕਿਹਾ ਸੀ ਕਿ ਵੀ ਜੇ ਤੁਸੀਂ ਆਪਣੀ ਲਾਇਲਟੀ ਇਧਰ ਕਰ ਲਈ ਤੇ ਤੁਹਾਡੀਆਂ ਜ਼ਗੀਰਾਂ ਜਾਂ ਜੋ ਤੁਹਾਡਾ ਉਹ ਕਾਇਮ ਰਹੇਗਾ ਤੋਂ ਉਹਦੇ 'ਚ ਉਹਨਾਂ ਨੇ ਆਪਣੀਆਂ ਖੁਫੀਆ ਰਿਪੋਰਟਾਂ 'ਚ ਲਿਖਿਆ ਕਿ ਵੀ ਜੇ ਤੁਸੀਂ ਇੱਕ ਭੇਡਾਂ ਦੇ ਇੱਜੜ ਦਾ ਵੀ ਸੌਦਾ ਕਰਨ ਜਾਓ ਤੇ ਉਹਦੇ 'ਚ ਵੀ ਤੁਸੀਂ ਜਿਹੜਾ ਉਹ ਸੌਦੇਬਾਜ਼ੀ ਕਰਦੇ ਹੋ ਵਕਤ ਲੱਗਦਾ ਹੈ ਪਰ ਜਿੰਨੀ ਤੇਜ਼ੀ ਨਾਲ ਉਹਨਾਂ ਸਾਰਿਆਂ ਨੇ ਆਪਣੇ ਦਸਕਤ ਕੀਤੇ ਇੰਨਾ ਵਕਤ ਤਾਂ ਇਵਨ ਪੇਡਾਂ ਦੇ ਦਾ ਸੌਦਾ ਕਰਨ ਦੇ ਵਿੱਚ ਵੀ ਲੱਗ ਜਾਂਦਾ ਉਸ ਤੋਂ ਵੀ ਘੱਟ ਟਾਈਮ ਦੇ ਵਿੱਚ ਸੋ ਇਹ ਗੱਲ ਵੀ ਸਾਬਤ ਕਰ ਅਸੀਂ ਬਹੁਤ ਵਾਰ ਫੈਕਟਰੀ ਸਾਈਡਲ ਵਾਰ ਡੋਗਰੇ ਆ ਜਾਂ ਮਿਸ਼ਰਾ ਦੀ ਗਦਾਰੀ ਦੀ ਗੱਲ ਕਰਦੇ ਇਵੇਂ ਹੀ ਹੁੰਦਾ ਜਦੋਂ ਕੋਈ ਧਿਰ ਜਿਹੜੀ ਆ ਉਹ ਡਿੱਗਦੀ ਆ ਕੋਈ ਇਨਸਾਨ ਡਿੱਗਦਾ ਹੈ ਫਿਰ ਉਹਦੀ ਗਰਾਵੜ ਤੇ ਡਿਫਰੈਂਟ ਕਾਰਨ ਹੁੰਦੇ ਨੇ ਅਸੀਂ ਇਸ ਦੇ ਵਿੱਚ ਨਹੀਂ ਜਾਵਾਂਗੇ ਕਿ ਕਿਵੇਂ ਅੱਜ ਦਾ ਦਿਨ ਉਹ ਇਤਿਹਾਸ ਦਾ ਕਾਲਾ ਦਿਨ ਹੈ ਕਿ 174 ਸਾਲ ਪਹਿਲਾਂ ਸਿੱਖ ਕੌਮ ਨੇ ਆਪਣੀ ਸਵਰਨਿਟੀ ਆਪਣੀ ਪ੍ਰਭੂਸਤਾ ਗਵਾਈ ਹਮਮ ਔਰ ਫਿਰ ਅਸੀਂ ਲਗਭਗ 98 ਸਾਲ ਉਸ ਫਰੰਗੀ ਤੋਂ ਆਜ਼ਾਦ ਕਰਾਉਣ ਦੇ ਲਈ ਅੱਜ ਹੀ ਗੱਲ ਹੋ ਰਹੀ ਸੀ ਮੈਂ ਕਿਹਾ ਜੀ ਇਹ ਤਾਂ ਮਤਲਬ ਹੁਣ ਕਿਸ ਅੰਦਾਜ਼ ਦੇ ਵਿੱਚ ਇਹ ਸਾਨੂੰ ਭਾਰਤ ਔਰ ਦੂਜੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਨੇ ਜਾਂ ਸਾਡਾ ਇੱਕ ਤਬਕਾ ਵੀ ਇੰਡੀਆ ਦੀ ਯੂਨਿਟੀ ਇੰਟੈਗ੍ਰਿਟੀ ਹੁਣ ਪ੍ਰੋਫੈਸਰ ਮੋਹਨ ਸਿੰਘ ਤੋਂ ਵੱਡਾ ਤਾਂ ਕੋਈ ਲੈਫਟਿਸਟ ਨਹੀਂ ਹੈ ਜਾਂ ਜਿਹਨੂੰ ਪ੍ਰੋਗਰੈਸਿਵ ਪੋਲੀਟਿਕ ਕਹਿੰਦੇ ਸੀ ਉਹਦੀ ਤੁਸੀਂ ਨਜ਼ਮ ਕੱਢ ਲਓ ਦੇਸਾਂ ਵਿੱਚੋਂ ਦੇਸ਼ ਪੰਜਾਬ ਨਹੀਂ ਸਹੀ ਹੋ ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਸਹੀ ਹੋ ਹੁਣ ਜਦੋਂ ਆਪਣੇ ਕਹਿੰਦੇ ਵੀ ਸੀ ਇਧਰੋਂ ਜਿਹੜੇ 60ਵਿਆਂ 70ਵਿਆਂ 'ਚ ਵੀ ਜੇ ਅਸੀਂ ਦੇਸ਼ ਨੂੰ ਜਾਣੇ ਤੇ ਦੇਸ਼ ਵਿਚ ਬਿੰਦੀ ਦਾ ਬਾਅਦ ਆਇਆ ਜਦੋਂ ਸੰਸਕ੍ਰਿਤ ਤੇ ਹਿੰਦੀ ਦਾ ਪ੍ਰਭਾਵ ਹੋਇਆ ਇਸੇ ਤੋਂ ਹੀ ਲਫ਼ਜ਼ ਦੇਸੀ ਵੀ ਹੈ ਜਿਵੇਂ ਬੰਦਾ ਦੇਸ ਸੁਦੇਸ਼ ਦਾ ਮਤਲਬ ਵੀ ਪੰਜਾਬ ਦੇਸ਼ ਸੀ ਵਿਦੇਸ਼ ਨੂੰ ਚੱਲੇ ਤੇ ਉਹੀ ਜਿਹੜਾ ਔਰ ਉਸੇ ਨੂੰ ਹੀ ਜਦੋਂ ਅਸੀਂ ਸ਼ਾਹ ਮੁਹੰਮਦ ਦਾ ਵੀ ਕਹਿੰਦੇ ਆ ਕਿ ਭਾਈ ਉਹਨੇ ਪਹਿਲੀ ਜਿਹੜਾ ਜੰਗ ਹਿੰਦ ਪੰਜਾਬ ਉਹਦਾ ਨਾ ਹੀ ਜੰਗ ਹਿੰਦ ਪੰਜਾਬ ਹੈ ਤੇ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਤਸ਼ਾਹੀ ਫੌਜਾਂ ਪਾੜੀਆਂ ਨੇ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਟਿੱਕਾ ਮਾਰੀਆਂ ਨੇ ਸੋ ਅੱਜ ਵੀ ਅਸੀਂ 98 ਸਾਲ ਫਰੰਗੀ ਨੂੰ ਕੱਢਣ ਲਈ ਮੈਕਸਿਮਮ ਕੁਰਬਾਨੀਆਂ ਪਰਸੈਂਟੇਜ ਵਾਈਜ਼ ਦਾ کئی ਗੁਣਾ ਜ਼ਿਆਦਾ ਨੇ ਪਰ ਇੱਕ ਗੁਲਾਮੀ ਚੋਂ ਨਿਕਲ ਕੇ 1947 ਦੇ ਦੌਰ ਚ ਉਹੀ ਉਹ ਵਕਤ ਵੀ ਦੇਖਾ ਤਾਰੀਖ ਕੀ ਘੜੀਆਂ ਨੇ ਜਦ ਲਮਹੋਂ ਨੇ ਖਤਾ ਕੀਤੀ ਸਦੀਆਂ ਨੇ ਸਜ਼ਾ ਪਾਈ ਦੂਸਰੀ ਗੁਲਾਮੀ ਚ 75 ਸਾਲ ਹੋ ਗਏ ਚਲੇ 34 ਸਾਲ ਜਿੰਨੀਆਂ ਕੁਰਬਾਨੀਆਂ ਸ਼ਹੀਦੀਆਂ ਸਿੱਖਾਂ ਨੇ ਦਿੱਤੀਆਂ ਨੇ ਹਰ ਵੀ ਸਦੀ ਚ ਇਹ ਸਿੱਖ ਰਾਜ ਕਾਇਮ ਕਰਨ ਲਈ ਜੇ 1699 ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ ਤੇ 1799 ਚ ਲਾਹੌਰ ਦੇ ਸ਼ਾਹੀ ਕਿਲੇ ਦੇ ਉੱਤੇ ਕੇਸਰੀ ਨਿਸ਼ਾਨ ਝੂਲਿਆ ਸੀ 100 ਸਾਲ ਚ ਸਰ ਕਪੂਰ ਸਿੰਘ ਜਿਹੜੇ ਸਾਡੇ ਵੱਡੇ ਸਕਾਲਰ ਹੋਏ ਨੇ ਉਹਨਾਂ ਨੇ ਸਮੁੱਚੀ ਸਦੀ ਦੇ ਵਿੱਚ ਜਿਹੜੀਆਂ ਸ਼ਹੀਦੀਆਂ ਹੋਈਆਂ ਸਿੱਖਾਂ ਦੀਆਂ ਉਨ੍ਹਾਂ ਦੀ ਗਿਣਤੀ 2 ਲੱਖ ਦੇ ਕਰੀਬ ਦਿੱਤੀ ਹੈ ਜਿਨ੍ਹਾਂ ਦੇ ਵਿੱਚ ਬੰਦਾ ਸਿੰਘ ਬਹਾਦਰ ਦਾ ਦੌਰ ਵੀ ਹੈ ਸਿੱਖ ਮਿਸਲਾਂ ਦਾ ਵੀ ਹੈ ਵੱਡਾ ਕੱਲੂਕਾਰਾ ਛੋਟਾ ਕੱਲੂਕਾਰਾ ਜੰਗਾ ਵਿੱਚ ਸ਼ਹੀਦਿਆਂ ਵੀ ਪਰ ਅੱਜ ਜਿਸ ਗੁਲਾਮੀ ਦੇ ਖਿਲਾਫ ਅਸੀਂ ਜੂਝ ਰਹੇ ਹਾਂ ਇਹਨਾਂ 39 ਸਾਲਾਂ ਦੇ ਵਿੱਚ 19 ਸਿੱਖ ਇਹਨਾਂ ਨੇ ਮਾਰ ਦਿੱਤੇ ਨੇ ਜਿਨ੍ਹਾਂ ਨੇ ਸਾਰੀ 18ਵੀਂ ਸਦੀ 'ਚ ਮੁਗਲਿਆ ਸਾਮਰਾਜ ਦਰਾ ਖੈਬਰ ਪਾਰ ਦੇ ਹਮਲਾਵਰਾਂ ਨਾਲ ਜੂਝਦਿਆਂ ਜਾਂ ਦੱਖਣ ਦੇ ਮਰਾਠਿਆਂ ਨਾਲ ਜੂਝਣਿਆ ਸਿੱਖਾਂ ਨੇ ਜਿਹੜੇ ਨੇ ਜਿੰਨੀਆਂ ਸ਼ਹੀਦੀਆਂ ਦਿੱਤੀਆਂ ਸੀ ਉਸ ਤੋਂ ਵੀ ਉਹ ਟਾਈਮ ਸਪੈ ਉਹ ਤਾਂ 100 ਸਾਲ ਚ ਸੀ ਉਹਨਾਂ ਜ਼ਮਾਨੇ ਅੱਜ ਕਿਸ ਕਿਸਮ ਦੀ ਵਾਰਫੇਅਰ ਸੀ ਲੇਕਿਨ ਅੱਜ ਉਹਦੋਂ ਜੇ ਉਹਨਾਂ ਦੇ 2 ਲੱਖ ਗਏ ਸਿੱਖ ਤਾਂ ਉਹਨਾਂ ਨੇ ਉਹਨੇ ਤੋਂ ਕਿੰਨੇ ਜ਼ਿਆਦਾ ਉਹਨਾਂ ਨੇ ਐਨਮੀ ਵੀ ਲੈ ਪਰ ਅੱਜ ਅਸੀਂ ਇੱਕ ਡੈਮੋਕ੍ਰੇਸੀ ਦੇ ਨਾਂ ਥੱਲੇ ਇੱਕ ਜਿਹੜਾ ਫਰਾਡ ਸਿਸਟਮ ਹੈ ਉਹਦੇ ਥੱਲੇ ਇੱਕ ਤੋਂ ਬਾਅਦ ਇੱਕ ਅੱਜ ਵੀ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਪਿਛਲੇ 10 ਦਿਨਾਂ ਤੋਂ ਫੜੋ ਫੜੀ ਦਾ سلسلہ ਉਹੀ ਕਾਲਾ ਪਾਣੀ ਡਬਰੂਗੜ ਜਿਹੜੇ ਨੇ ਉੱਥੇ ਤੋਰ ਦਿੱਤੇ ਨੇ ਪੰਜਾਬ ਦੇ ਵਿੱਚ ਉਹੀ ਰਾਧਾਏ ਕਤਲ ਤੇ ਫਲਾਣਾ ਟੀਮ ਕਾ ਜੋੜ ਕੇ ساری ਉਮਰ ਮਾਪਿਓ ਜਾਂ ਭੈਣ ਭਰਾ ਜਮਾਨਤਾਂ ਕਰਾਉਂਦੇ ਰਹਿਣਗੇ ਜਵਾਨੀਆਂ ਜੇਲਾਂ ਵਿੱਚ ਗੜਨ ਗਿਆ ਕਰੀਅਰ ਵਿੱਚ ਰਹਿ ਗਿਆ ਪੜ੍ਹਾਈ ਵਿੱਚ ਰਹਿ ਗਏ ਸੋ ਹੁਣ ਸਵਾਲ ਇਹ ਹੈ ਔਰ ਮੈਨੂੰ ਯਾਦ ਹੈ ਕਿ ਭਈ 28 ਮਾਰਚ 1981 ਦਾ 1983 ਦਾ ਦਿਨ ਸੀ ਜਦੋਂ ਯੂਕੇ ਦੇ ਵਿੱਚ ਬੜਾ ਪੌਪੂਲਰ ਕੇਸ ਮੰਡਲਾ ਕੇਸ ਸੀ ਜਿਹਦੇ ਵਿੱਚ ਹਾਊਸ ਆਫ ਲਾਰਡਸ ਦੇ ਵਿੱਚ ਫੈਸਲਾ ਫਾਈਨਲੀ ਹੋਇਆ ਸੀ ਜਿਹਦੇ ਵਿੱਚ ਜਿਨੇ ਉਸ ਫੈਸਲੇ ਨੂੰ ਸਿੱਖਾਂ ਦੇ ਹੱਕ ਚ ਕੀਤਾ ਸੀ ਕਿ ਸਿੱਖ ਇੱਕ ਅਲੱਗ ਕੌਮ ਤੇ ਇੱਕ ਅਲੱਗ نسل ਹੈ ਉਹ ਮੰਡਲਾ ਕੇਸ ਕਹਿੰਦੇ ਨੇ ਔਰ 28 ਮਾਰਚ 1983 ਵਾਲੇ ਦਿਨ ਇੰਗਲੈਂਡ ਦੇ ਹਾਊਸ ਆਫ ਲਾਰਡਸ ਨੇ ਮੰਨ ਲਿਆ ਸੀ ਕਿ ਸਿੱਖ ਇੱਕ ਵੱਖਰੀ ਕੌਮ ਤੇ ਵੱਖਰੀ نسل ਨੇ ਔਰ ਇਹ ਫੈਸਲਾ ਹਾਊਸ ਆਫ ਲਾਰਡਸ ਨੇ ਸੁਣਾਇਆ ਸੀ ਔਰ ਇਹ ਜਦੋਂ ਮੈਨੂੰ ਯਾਦ ਹੈ ਕਿ ਜਿਸ ਦਿਨ ਇਹ ਫੈਸਲਾ ਆਇਆ ਮੈਂ ਕੁਦਰਤੀ ਗੁਰੂ ਨਾਨਕ ਨਿਵਾਸ ਸੀ ਸੰਤਪਿੰਡਰਾ ਵਾਲੇ ਜਿੱਥੇ ਉਦੋਂ ਨਿਵਾਸ ਕਰਦੇ ਸੀ ਉਦੋਂ ਜੇ ਅਕਾਲ ਤਖਤ ਤੇ ਮੂਵ ਨਹੀਂ ਸੀ ਕੀਤੇ ਸਾਹਮਣੇ ਸੰਗਤ ਬੈਠੀ ਹੁੰਦੀ ਸੀ ਸੋ ਉਹਨਾਂ ਨੇ ਖਬਰ ਜਦੋਂ ਇੱਕ ਨੇ ਆ ਕੇ ਦੱਸੀ ਕਿ ਉੱਥੋਂ ਦੀਆਂ ਵੀ ਅਜੀਤ ਅਖਬਾਰ ਚ ਪ੍ਰੋਮਿਨੈਂਟ ਪ੍ਰੋਮਿਨੈਂਸ ਨਾਲ ਲੱਗੀ ਸੀ ਸੋ ਕਿਉਂਕਿ ਉਸ ਤੋਂ ਪਹਿਲਾਂ ਹਿੰਦੂ ਤਵੀਆਂ ਨੇ ਇੱਕ ਪੂਰੀ ਲਹਿਰ ਛੇੜੀ ਹੋਈ ਸੀ ਕਿ ਸਿੱਖ ਤਾਂ ਇੱਕ ਪੰਥ ਨੇ Hindu ਧਰਮ ਦਾ ਹਿੱਸਾ ਨੇ ਔਰ ਸ਼੍ਰੋਮਣੀ ਕਮੇਟੀ ਨੇ ਮਤਾ ਪਾਸ ਕੀਤਾ ਸੀ ਕਿ ਸਿੱਖ ਇੱਕ ਵੱਖਰੀ ਕੌਮ ਹੈ ਸੰਤ ਪਿੰਡਾਲੇ ਕਹਿੰਦੇ ਕਿ ਸਿੱਖ ਕੌਮ ਨਿਸ਼ਚੇ ਵਾਚਕ ਇੱਕ ਵੱਖਰੀ ਕੌਮ ਹੈ ਔਰ ਜਦੋਂ ਇਹ ਫੈਸਲਾ ਆਇਆ ਔਰ ਇਹ ਖਬਰ ਪੜ੍ਹ ਕੇ ਚਰਚਾ ਹੋ ਰਹੀ ਸੀ ਤੇ ਸੰਤਾਂ ਨੇ ਕਿਹਾ ਕਿ ਭਾਈ ਜਿਨ੍ਹਾਂ ਨੇ ਜੇਸ ਫਰੰਗੀ ਨੇ ਸਾਡਾ ਰਾਜ ਧੋਖੇ ਨਾਲ ਖੋਇਆ ਸੀ ਹੁਣ ਤਾਂ ਉਹਨਾਂ ਨੇ ਵੀ ਮੰਨ ਲਿਆ ਕਿ ਭਾਈ ਸਿੱਖ ਇੱਕ ਵੱਖਰੀ ਕੌਮ ਹੀ ਨਹੀਂ ਵੱਖਰੀ ਨਸਲ ਵੀ ਨਹੀਂ ਜਦੋਂ ਅਸੀਂ ਐਥਨਿਸਿਟੀ ਦੀ ਗੱਲ ਕਰਦੇ ਆਂ ਔਰ ਇੱਥੇ ਅਮਰੀਕਾ 'ਚ ਸਾਡੀ ਸਟਰਗਲ ਸੀ ਕਿ ਸੈਂਸਸ ਦੇ ਵਿੱਚ ਕਿਉਂਕਿ ਇੱਥੇ ਰਿਲੀਜੀਅਨ ਨਹੀਂ ਲਿਖਿਆ ਜਾਂਦਾ ਐਥਨਿਸਿਟੀ ਤੇ ਬੇਸਡ ਹੁੰਦਾ ਕਿ ਸਿੱਖ ਇੱਕ ਵੱਖਰੀ ਕੌਮ ਵੀ ਨਹੀਂ ਤੇ ਇੱਕ ਵੱਖਰੀ ਰੇਸ ਵੀ ਨਹੀਂ ਸੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਭਾਈ 198 ਸਾਲ ਇੱਕ ਗੁਲਾਮੀ 75 ਸਾਲ ਇੱਕ ਹੁਣ ਪੰਥ ਨੂੰ ਇਹ ਡਿਟਰਮੀਨੇਸ਼ਨ ਦੇ ਨਾਲ ਰਿਜ਼ੋਲਵ ਕਰਨ ਦੀ ਲੋੜ ਹੈ ਕਿ ਅਸੀਂ ਆਪਣਾ ਫਾਦਰ ਲੈਂਡ ਆਪਣੀ ਮਦਰ ਲੈਂਡ ਦਰਿਆਏ ਜਮਨਾ ਤੋਂ ਵਾਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਜਿਹੜਾ ਅੱਜ ਦੇ ਦਿਨ 1849 ਦੇ ਵਿੱਚ ਬ੍ਰਿਟਿਸ਼ ਆਰਮੀ ਜੈਕ ਬੂਟ ਥੱਲੇ ਆਇਆ ਤੇ ਪਿਛਲੇ 75 ਸਾਲ ਤੋਂ ਸਾਡਾ ਹੋਮ ਲੈਂਡ ਇੰਡੀਅਨ ਆਰਮੀ ਜੈਕ ਬੂਟ ਥੱਲੇ ਹੈ ਇਸ ਨੂੰ ਅਸੀਂ ਲੈਬਰੇਟ ਕਰਵਾਉਣਾ ਹੀ ਕਰਵਾਉਣਾ ਹੈ ਬਿਲਕੁਲ ਜੀ ਰਾਤ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਥੀਆਂ ਬ੍ਰੇਕ ਫਿਊਰਸ ਤੁਸੀਂ ਨਾ ਇਸੇ ਤਰ੍ਹਾਂ ਹੀ ਬਣੇ ਰਹਿਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ